ਮਾਈ ਡੀਅਰ ਐਲ ਸਟੂਡੈਂਟਸ ਅੱਜ ਮੈਂ ਤੁਹਾਨੂੰ ਜਸਟ ਦੋ ਕੰਪਲੈਕਸ ਸਟਰਕਚਰ ਕਰਵਾਉਂਗੀ ਆਇਲਸ ਦੇ ਵਿੱਚ ਜਸਟ ਦੋ ਰਾਈਟਿੰਗ ਟਾਸਕ 2 ਦੇ ਵਿੱਚ ਅਗਰ ਤੁਸੀਂ ਯੂਜ਼ ਕਰਦੇ ਹੋ ਦੈਨ ਤੁਹਾਡੇ ਬੈਂਡ ਸਕੋਰ ਬਹੁਤ ਜ਼ਿਆਦਾ ਬੂਸਟ ਹੋ ਸਕਦੇ ਆ ਲਾਈਕ 6 ਤੋਂ 7 7 ਤੋਂ 8 ਜਾ ਸਕਦੇ ਆ ਜਸਟ ਦੋ ਕੰਪਲੈਕਸ ਸਟਰਕਚਰ ਕਰਵਾਉਂਗੀ ਤੇ ਦੋ ਹੀ ਕੰਪਲੈਕਸ ਸਟਰਕਚਰ ਹੈ ਤੁਹਾਡਾ ਬਹੁਤ ਜ਼ਿਆਦਾ ਬੈਂਡ ਸਕੋਰ ਦੇ ਵਿੱਚ ਇੰਪਰੂਵਮੈਂਟ ਲੈ ਕੇ ਆਉਣੀ ਹੈ ਸੋ ਇਸ ਵੀਡੀਓ ਨੂੰ ਵਾਚ ਕਰੋ ਟਿਲ ਐਂਡ ਇਸ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਗਰ ਤੁਸੀਂ ਪਹਿਲੀ ਵਾਰੀ ਮੇਰੇ ਚੈਨਲ ਤੇ ਵਿਜ਼ਿਟ ਕੀਤਾ ਵਾ ਆਇਲਟਸ ਵਿਦ ਸੋਫੀਆ ਫਸਟ ਤੁਹਾਡਾ ਕੰਪਲੈਕਸ ਸਟਰਕਚਰ ਹੈਗਾ ਵਾ ਸਿንስ ਸਿንስ ਦਾ ਮਤਲਬ ਇਕ ਤਾਂਪਸ ਸਿንስ ਦੇ ਫੋਰ ਆਪਾਂ ਟੈਂਸ ਦੇ ਵਿੱਚ ਯੂਜ਼ ਕਰਦੇ ਆ ਉਹ ਤਾਂ ਟਾਈਮ ਪੀਰੀਅਡ ਦੇ ਲੱਗਦਾ ਵਾ ਅਗਰ ਆਪਾਂ ਸਿንስ ਇੱਥੇ ਯੂਜ਼ ਕਰਦੇ ਪਏ ਐਜ਼ ਅ ਕੰਪਲੈਕਸ ਇੱਥੇ ਸਿንስ ਦਾ ਮਤਲਬ ਹੈ ਕਿਉਂਕਿ ਸਿንስ ਦਾ ਮਤਲਬ ਕੀ ਹੈ ਕਿਉਂਕਿ ठीक तो मतलब है सिंस का मतलब क्या है क्योंकि क्योंकि मतलब बिकॉज ध्यान ना देखो सिंस द टाइम हैज चेंज्ड क्योंकि टाइम चेंज हो चुका है सिंस द टेक्नोलॉजी हैज एडवांस्ड क्योंकि टेक्नोलॉजी एडवांस्ड हो चुकी है क्योंकि टाइम चेंज हो चुका है क्योंकि टेक्नोलॉजी एडवांस हो चुकी है उस तो बाद कोमा लगा मैं कोमे का मतलब की है देयर फोर देयर मतलब ਤੁਸੀਂ ਇਸ ਤੋਂ ਬਾਅਦ ਆਪਣੀ ਪੈਰਾਫਰੇਸ ਸਟੇਟਮੈਂਟ ਕਰਨੀ ਹੈ ਅਗਰ ਤਾਂ ਪ੍ਰੈਜ਼ੈਂਟ ਪਾਸਟ ਐਂਸ਼ੀਅੰਟ ਵਾਲਾ ਟੌਪਿਕ ਆ ਗਿਆ ਤੁਹਾਡੇ ਕੋਲ ਟਾਸਕ ਟੂ ਟਾਈਮ ਪੀਰੀਅਡ ਵਾਲਾ ਮਤਲਬ ਫਿਰ ਤਾਂ ਤੁਸੀਂ ਲਿਖੋਗੇ ਸਿንስ ਦਾ ਟਾਈਮ ਹੈਸ ਚੇਂਜਡ ਅਗਰ ਟੈਕਨੋਲੋਜੀ ਦੇ ਰਿਲੇਟਡ ਆ ਗਿਆ ਟਾਈਮ ਪੀਰੀਅਡ ਮਤਲਬ ਡਵੈਲਪਮੈਂਟ ਗ੍ਰੋਥ ਦੀ ਗੱਲ ਹੋ ਰਹੀ ਹੈ ਫਿਰ ਆਜੂਗਾ ਤੁਹਾਡੀ ਫਰਸਟ ਲਾਈਨ ਸਿንስ ਦ ਟੈਕਨੋਲੋਜੀ ਹੈਸ ਐਡਵਾਂਸਡ ਇੱਕ ਲਾਈਨ ਲਿਖਣੀ ਹੈ ਦੋਨੋਂ ਹੀ ਨਾ ਲਿਖ ਦਿਓ ਸਿንስ ਅ ਟਾਈਮ ਹੈਸ ਚੇਂਜਡ ਸਿንስ ਦ ਟੈਕਨੋਲੋਜੀ ਹੈਸ ਐਡਵਾਂਸਡ ਇੱਕ ਲਾਈਨ ਲਿਖਣੀ ਹੈ ਬਟ ਇਹ ਤੁਸੀਂ ਦੇਖਣਾ ਵੈ ਕਿ ਤੁਹਾਨੂੰ ਕਿਹੜੇ ਲਾਈਨ ਦੇ ਇਥੇ ਜ਼ਰੂਰਤ ਹੈ ਪ੍ਰੈਜ਼ੈਂਟ ਪਾਸਟ ਐਂਸ਼ੀਅੰਟ ਟਾਈਮ ਦਾ ਕੰਪੈਰੀਜ਼ਨ ਹੋ ਰਿਹਾ ਵੈ ਦੈਨ ਤੁਸੀਂ ਸਿንስ ਦ ਟਾਈਮ ਹੈਸ ਚੇਂਜਡ ਕਿਉਂਕਿ ਟਾਈਮ ਚੇਂਜ ਹੋ ਚੁੱਕਾ ਵੈ ਦੈਟਸ ਵਾਈ ਦੈਟਸ ਵਾਈ ਮਤਲਬ ਇਥੇ ਕੋਮਾ ਆਪਾਂ ਕੋਮਾ ਪਾਣਾ ਦੈਟਸ ਵਾਈ ਜਾਂ ਇਸ ਤੋਂ ਬਾਅਦ ਤੁਸੀਂ ਪੈਰਾਫਰੇਜ਼ ਆਪਣੀ ਸਟੇਟਮੈਂਟ ਕਰਨੀ ਹੈ ਮਤਲਬ ਸਿንስ ਦਾ ਟਾਈਮ ਹੈਸ ਚੇਂਜਡ ਸੋ ਪੀਪਲ ਹੈ ਜਿਹੜੇ ਹਰ ਕੋਈ ਮਾਡਰਨ ਟੈਕਨੋਲੋਜੀ ਨੂੰ ਯੂਜ਼ ਕਰਦਾ ਪਿਆ ਵੈ ਮਾਡਰਨ ਇਕਵਿਪਮੈਂਟਸ ਨੂੰ ਯੂਜ਼ ਕਰਦਾ ਪਿਆ ਵੈ ਮੋਬਾਈਲ ਫੋਨ ਨੂੰ ਹਰ ਕੋਈ ਪ੍ਰੀਫਰੈਂਸ ਦੇ ਰਿਹਾ ਵੈ ਸਿንስ ਦਾ ਟੈਕਨੋਲੋਜੀ ਹੈਜ਼ ਐਡਵਾਂਸਡ ਜਸਟ ਪੈਰਾਫਰੇਜ਼ ਸਟੇਟਮੈਂਟ ਕਰਨੀ ਹੈ ਦੋਨੋਂ ਦੇ ਵਿੱਚੋਂ ਇੱਕ ਲਾਈਨ ਲਿਖਣੀ ਹੈ ਤੁਸੀਂ ਦੇਖ ਰਹੇ ਹੋ ਕਿ ਤੁਸੀਂ ਟਾਈਮ ਵਾਲੀ ਯੂਜ਼ ਕਰਨੀ ਹੈ ਟੈਕਨੋਲੋਜੀ ਵਾਲੀ ਬਟੇ ਤੁਹਾਨੂੰ ਪਤਾ ਲੱਗੂਗਾ ਟਾਸਕ ਥਰੂ ਦੀ ਸਟੇਟਮੈਂਟ ਤੋਂ ਤੇ ਕੋਮੇ ਤੋਂ ਬਾਅਦ ਸਟੇਟਮੈਂਟ ਪੈਰਾਫਰੇਜ਼ ਕਰਨੀ ਹੈ ਇਹ ਯਾਦ ਰੱਖਿਓ ਕੋਮਾ ਪਾਣਾ ਕੋਮੇ ਦਾ ਮਤਲਬ ਹੈ ਦੇਰਫੋਰ ਰਿਜ਼ਲਟ ਟਾਈਮ ਚੇਂਜ ਹੋ ਚੁੱਕਾ ਵਾ ਟੈਕਨੋਲੋਜੀ ਐਡਵਾਂਸ ਹੋ ਚੁੱਕੀ ਹੈ ਤੇ ਇਹਦਾ ਰਿਜ਼ਲਟ ਕੀ ਨਿਕਲਿਆ ਕੋਮੇ ਤੋਂ ਬਾਅਦ ਰਿਜ਼ਲਟ ਮੈਂਸ਼ਨ ਕਰਨਾ ਹੈ ਰਿਜ਼ਲਟ ਤੁਹਾਨੂੰ ਕਿਵੇਂ ਪਤਾ ਲੱਗੂਗਾ ਜਦੋਂ ਤੁਸੀਂ ਸਟੇਟਮੈਂਟ ਪੈਰਾਫਰੇਜ਼ ਕੀਤੀ ਉਹ ਤੁਹਾਡਾ ਰਿਜ਼ਲਟ ਹੀ ਇੱਕ ਤਰ੍ਹਾਂ ਦਾ ਸਮਝ ਲੱਗ ਗਈ ਹੁਣ ਤੁਹਾਡਾ ਦੂਸਰਾ ਕੰਪਲੈਕਸ ਸਟਰਕਚਰ ਹੈ ਆਲਥੋ ਬਹੁਤ ਸਾਰੇ ਬੱਚੇ ਨਾ ਆਲਥੋ ਦੇ ਵਿੱਚ ਬਹੁਤ ਗਲਤੀ ਕਰਦੇ ਆ ਇੱਕ ਸਿੰਪਲ ਜੀ ਤੇ ਮਾਈਨਰ ਜੀ ਗਲਤੀ ਕਰਦੇ ਆ ਕਿਹੜੀ ਗਲਤੀ ਕਰਦੇ ਆ ਇੱਥੇ ਕੌਮੇ ਦੀ ਥਾਂ ਤੇ ਨਾ ਬਟ ਪਾ ਦਿੰਦੇ ਆ ਜਾਂ ਯਟ ਪਾ ਦਿੰਦੇ ਆ ਜੋ ਕਿ ਗ੍ਰਾਮਰ ਦੇ ਅਕੋਰਡਿੰਗ ਬਿਲਕੁਲ ਗਲਤ ਹੈ ਆਲਥੋ ਵਾਲਾ ਸਟਰਕਚਰ ਯੂਜ਼ ਕਰੋ ਆਪਣੀ ਰਾਈਟਿੰਗ ਟਾਸਕ 2 ਦੇ ਵਿੱਚ ਬਟ ਅੱਛੇ ਤੰਗ ਦੇ ਨਾਲ ਆਲਥੋ ਦਾ ਮਤਲਬ ਕੀ ਹੁੰਦਾ ਵਾ ਭਾਵੇਂ ਕੀ ਕੀ ਮਤਲਬ ਹੈ ਪਾਵੇਂ ਕੀ ਪਾਵੇਂ ਬਹੁਤ سارے ਡਰਾਬੈਕਸ ਐ ਮਾਡਰਨ ਟੈਕਨੋਲੋਜੀ ਦੇ ਬਟ ਬਟ ਮਤਲਬ ਕੋਮਾ ਇਥੇ ਕੋਮਾ ਪਾਣਾ ਇਹ ਯਾਦ ਰੱਖਿਓ ਬਟ ਇਹਦੇ ਬੈਨੀਫਿਟਸ ਵੀ ਨਿਗਲੈਕਟ ਨਹੀਂ ਕੀਤੇ ਜਾ ਸਕਦੇ ਇੱਕ bade bacche galti hi karde hai cannot ਦੇ ਵਿੱਚ space ਪਾ ਦਿੰਦੇ ਆ ਜੋ ਕਿ ਐਬਸੋਲੂਟਲੀ ਰੋਂਗ ਐ ਮੈਂ ਤੁਹਾਡੇ ਨਾਲ ਇੱਕ ਵੀਡੀਓ ਉਹ ਸ਼ੇਅਰ ਕਰਾਂਗੀ ਜਿਹਦੇ ਵਿੱਚ ਮੈਂ ਤੁਹਾਨੂੰ ਇੱਕ ਟਾਸਕ ਚੈੱਕ ਕਰਕੇ ਦਿਖਾਵਾਂਗੀ ਕਿ ਕਿਹੜੇ-ਕਿਹੜੇ ਮਿਸਟੇਕਸ ਐਗਜ਼ਾਮੀਨਰ ਮੋਸਟਲੀ ਕੱਢਦੇ ਐ ਸਮਝ ਲੱਗੀ ਮੈਂ ਆਪਣੇ ਆਨਲਾਈਨ ਸਟੂਡੈਂਟਸ ਦਾ ਇੱਕ ਟਾਸਕ ਚੈੱਕ ਕਰਾਂਗੀ ਤੁਹਾਡੇ ਨਾਲ ਵੀਡੀਓ ਬਣਾ ਕੇ ਸ਼ੇਅਰ ਕਰਾਂਗੀ ਤੁਹਾਨੂੰ ਪਤਾ ਲੱਗੂਗਾ ਕਿ ਉਹ ਗਲਤੀ ਤੁਸੀਂ ਤਾਂ ਨਹੀਂ ਕਰਦੇ ਅਗਰ ਉਹ ਵੀਡੀਓ ਦੀ ਨੋਟੀਫਿਕੇਸ਼ਨ ਤੁਸੀਂ ਲੈਣਾ ਚਾਹੁੰਦੇ ਹੋ ਚੈਨਲ ਨੂੰ ਸਬਸਕ੍ਰਾਈਬ ਆਇਲਰਟਸ উইਥ ਸੋਫੀਆ ਜ਼ਰੂਰ ਕਰ ਲਓ ਹਾਂਜੀ ਪਤਾ ਲੱਗ ਗਿਆ ਭਾਵੇਂ ਬਹੁਤ ਸਾਰੇ ਡਰਾਬੈਕਸ ਹਨ ਉਹਨਾਂ ਟੈਕਨੋਲੋਜੀ ਦੇ ਪਰ ਇਹਦੇ ਬੈਨੀਫਿਟਸ ਵੀ ਇਗਨੋਰ ਨੈਗਲੈਕਟ ਨਹੀਂ ਕੀਤੇ ਜਾ ਸਕਦੇ ਪਰ ਦੀ ਇੰਗਲਿਸ਼ ਕੋਮਾ ਪਾਉਣੀ ਹੈ ਅਗਰ ਸਪੀਕਿੰਗ ਹੈ ਫਿਰ ਬੱਟ ਬੋਲਣਾ ਉੱਥੇ ਤੋਂ ਨਾ ਤੁਸੀਂ ਕੋਮਾ ਬੋਲਣਾ ਹੈ ਠੀਕ ਹੈ ਸਮਝ ਲੱਗ ਗਈ ਇਹ ਯਾਦ ਰੱਖਿਓ ਭਾਵੇਂ ਜਿਹੜਾ ਆਲਦੋ ਵਾਲਾ ਸਟਰਕਚਰ ਹੈ ਨਾ ਭਾਵੇਂ ਪਹਿਲਾਂ 네ਗੇਟਿਵ ਆਊਗਾ ਡਰਾਬੈਕਸ ਡੀਮੈਰਿਟਸ 네ਗੇਟਿਵ ਕੋਮੇ ਤੋਂ ਬਾਅਦ ਪੋਜ਼ਿਟਿਵ ਸਮਝ ਲੱਗੀ ਇਹਦਾ ਜ਼ਰੂਰ ਧਿਆਨ ਰੱਖਿਓ ਮੈਨੂੰ ਲੱਗਦਾ ਮੇਰੀ ਸਮਝ ਤੁਹਾਨੂੰ ਲੱਗੀ ਹੋਏਗੀ ਇਸ ਵੀਡੀਓ ਦੀ ਕੰਪਲੈਕਸ ਸਟਰਕਚਰਸ ਦੀ ਸੋ ਪਲੇਸ ਇਨ ਦਾ ਸਟਰਕਚਰਸ ਨੂੰ ਜ਼ਰੂਰ ਫੋਲੋ ਕਰੋ ਆਪਣੇ ਆਇਲਸ ਰਾਈਟਿੰਗ ਟਾਸਕ 2 ਦੇ ਵਿੱਚ ਇਹ ਮੈਟਰ ਨਹੀਂ ਕਰਦਾ ਕਿ ਤੁਸੀਂ ਜੀਟੀ ਦਿਓ ਜਾਂ ਏਸੀ ਦਿਓ ਮੈਟਰ ਇਹ ਕਰਦਾ ਵਾ ਕਿ ਤੁਸੀਂ ਇਸ ਨੂੰ ਯੂਜ਼ ਕਰੋ ਤੇ ਆਪਣੇ ਬੈਂਡ ਸਕੋਰ ਗੈਟ ਕਰੋ ਹਾਂਜੀ ਮੇਰੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੇਰਾ ਇਹ ਵੇ ਕਿਸ ਤਰ੍ਹਾਂ ਦਾ ਲੱਗਾ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਹੁਣ ਮੈਂ ਤੁਹਾਡੇ ਨਾਲ ਇੱਕ ਵੀਡੀਓ ਉਹ ਸ਼ੇਅਰ ਕਰਾਂਗੀ ਜਿਹਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਰਾਈਟਿੰਗ ਟਾਸਕ ਚੈੱਕ ਹੁੰਦਾ ਕਿਵੇਂ ਹੈ ਐਗਜ਼ਾਮੀਨਰ ਕਿਵੇਂ ਕਰਦਾ ਵਾ ਇਕੇ ਮੈਂ ਆਪਣੇ ਸਟੂਡੈਂਟ ਦਾ ਤੁਹਾਡੇ ਨਾਲ ਚੈੱਕ ਕਰਾਂਗੀ ਪੀਡੀਐਫ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਇਸ ਵੀਡੀਓ ਨੂੰ ਤੇ ਨੈਕਸਟ ਵੀਡੀਓ ਤੁਸੀਂ ਕਿਸ ਮੋਡਿਊਲ ਤੇ ਚਾਹੁੰਦੇ ਹੋ ਰੀਡਿੰਗ ਦੇ ਕਿਸ ਪਾਰਟ ਤੇ ਚਾਹੁੰਦੇ ਹੋ ਲਿਸਟ ਆਫ ਹੈਡਿੰਗ ਐਮਲਸ ਮੈਂ ਐਮਸੀਕਿਊ ਫਿਲ ਅਪਸ ट्रू ਫਾਲਸ ਯਾ ਰਾਈਟਿੰਗ ਦੇ ਕਿਸ ਪਾਰਟ ਤੇ ਸਪੀਕਿੰਗ ਦੇ ਕਿਸ ਪਾਰਟ ਤੇ ਲਿਸਨਿੰਗ ਦੇ ਕਿਸ ਪਾਰਟ ਤੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਫਿਰ ਤੁਹਾਡੀ ਡਿਮਾਂਡ ਦੇ ਅਕੋਰਡਿੰਗ ਵੀ ਮੈਂ ਵੀਡੀਓ ਜ਼ਰੂਰ ਬਣਾਵਾਂਗੀ ਆਈ ਪ੍ਰੋਮਿਸ ਵਿਦ ਯੂ ਬਟ ਯੂ ਹੈਵ ਟੂ ਸਬਸਕ੍ਰਾਈਬ ਦਿਸ ਚੈਨਲ ਯੂ ਹੈਵ ਟੂ ਸ਼ੇਅਰ ਦਿਸ ਚੈਨਲ They follow me on Facebook, I'll switch Sophia. God bless you.